ਤਤਿ ਜੁਰਗਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 12 ਸਤੰਬਰ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਆਜੇ ਹਾਂ ਜੀ ਨਾ ਕਿ ਅੱਜ ਦੇਰ ਸ਼ਾਮ ਤੋਂ ਕੱਲ ਸਵੇਰ ਤੱਕ ਪੂਰੀ ਰਾਤ ਕੀ ਮੌਸਮੀ ਗਤੀਵਿਧੀਆਂ ਪੰਜਾਬ ਵਿੱਚ ਦੇਖਣ ਨੂੰ ਮਿਲਣਗੀਆਂ ਸਵੇਰੇ ਵਿੱਚ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਗੱਲ ਕਰਦੇ ਹਾਂ ਜਿਹੜਾ ਇੱਕ ਘੱਟ ਦਬਾ ਦਾ ਖੇਤਰ ਬਣਿਆ ਸੀ ਐਂਟੀਸਾਈਕਲੋਨ ਸਿਸਟਮ ਸੋ ਉਹ ਹਾਲੇ ਵੀ ਵਰਕਰ ਆ ਰਿਹਾ ਪਰ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਹੈ ਜਿਵੇਂ ਕਿ ਅੱਜ ਦੇ ਦਿਨ ਦੇ ਲਈ ਮੌਸਮ ਵਿਭਾਗ ਵੱਲੋਂ ਪੱਛਮੀ ਯੂਪੀ ਹਰਿਆਣਾ ਦਿੱਲੀ ਤੇ ਕੁਝ ਐਮਪੀ ਦੇ ਘਤਰੋਗੇ ਇਹਨਾਂ ਵਿੱਚ ਹਾਈ ਅਲਰਟ ਜਾਰੀ ਕੀਤਾ ਸੀ ਕਿ ਭਾਰੀ ਤੋਂ ਭਾਰੀ ਬਰਸਾਤ ਹੋ ਸਕਦੀ ਹੈ ਤਾਂ ਉਸੇ ਤਰ੍ਹਾਂ ਕਈ ਖੇਤਰਾਂ ਵਿੱਚ ਇਹਨਾਂ ਹਿੱਸਿਆਂ ਦੇ ਦਰਮਿਆਨੇ ਤੋਂ ਲੈ ਕੇ ਭਾਰੀ ਤਕੜੇ ਵੀਂਦੇ ਸਪੈਲ ਦੇਖਣ ਨੂੰ ਮਿਲੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਜਿਵੇਂ ਦੱਸਿਆ ਸੀ ਕਿਦਾ ਕੋਈ ਜ਼ਿਆਦਾ ਤਕੜਾ ਪ੍ਰਭਾਵ ਨਹੀਂ ਆ ਥੋੜਾ ਬਹੁਤ ਬੱਦਲਬਾਹੀ ਪੂਰਬੀ ਹਿੱਸਿਆਂ ਵਿੱਚ ਰਹੂਗੀ ਬਾਕੀ ਟੁੱਟਮੀਆਂ ਕਾਰਵਾਈਆਂ ਸ਼ਰਾਟਿਆਂ ਦੇ ਰੂਪ ਵਿੱਚ ਆਪਾਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਪੂਰਬੀ ਦੇ ਕੁਝ ਖੇਤਰਾਂ ਥੋੜੇ ਬਹੁਤ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤਾਂ ਉਸੇ ਤਰ੍ਹਾਂ ਹੀ ਦੁਪਹਿਰ ਤੋਂ ਸ਼ਾਮ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਵੀ ਮਿਲੀਆਂ ਨੇ ਨੰਦਪੁਰ ਸਾਹਿਬ ਦੇ ਆਸ-ਪਾਸ ਦੇ ਹੋ ਕੇ ਨੰਗਲ ਦੇ ਇਲਾਕੇ ਹੋ ਕੇ ਇਹਨਾਂ ਇਲਾਕਿਆਂ ਵਿੱਚ ਵੀ ਤਕੜੀ ਝਟ ਲੱਗੀ ਹੈ ਮੀਂਹ ਦੀ ਥੋੜੇ ਸਮੇਂ ਲਈ ਲੁਧਿਆਣੇ ਵਿੱਚ ਵੀ ਸਪੈਲ ਲੱਗੇ ਨੇ ਇਸੇ ਤਰ੍ਹਾਂ ਬਾਕੀ ਹੋਰ ਵੀ ਥੋੜੇ ਬਹੁਤ ਪੂਰਬੀ ਹਿੱਸਿਆਂ ਵਿੱਚ ਜਿਹੀਆਂ ਛੋਟੀਆਂ-ਮੋਟੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਜਿਨ੍ਹਾਂ ਵਿੱਚ ਗਰਜ ਚਮਕ ਹੋਈ ਹੈ ਤੇ ਮੀਂਹ ਦੇ ਸ਼ਰਾਟੇ ਥੋੜੇ ਸਮੇਂ ਦੇ ਲਈ ਤੇਜ਼ ਰੂਪ ਵਿੱਚ ਦੇਖਣ ਨੂੰ ਮਿਲੇ ਨੇ ਤੇ ਗੱਲ ਕਰੀਏ ਹੁਣ ਰਾਤ ਦੀ ਤਾਂ ਰਾਤ ਨੂੰ ਫਿਲਹਾਲ ਮੌਸਮ ਜ਼ਿਆਦਾਤਰ 70-80% ਠੀਕ ਠਾਕ ਹੀ ਰਹੂਗਾ ਥੋੜੀ ਬਹੁਤ ਬੱਦਲਬਾਜ਼ੀ ਜ਼ਰੂਰ ਬਣਦੀ-ਵਿਗੜਦੀ ਰਹੇਗੀ ਪੂਰਬੀ ਖੇਤਰਾਂ ਵਿੱਚ ਜਿਹੜੇ ਖਾਸ ਤੌਰ ਤੇ ਇਲਾਕੇ ਜਿਵੇਂ ਚੰਡੀਗੜ੍ਹ ਮਹਾਲੀ ਤੋਂ ਲੈ ਕੇ ਨੰਗਲ ਅਨੰਦਪੁਰ ਸਾਹਿਬ ਪਟਿਆਲੇ ਦੇ ਇਲਾਕੇ ਹੋਗੇ ਇਨ੍ਹਾਂ ਖੇਤਰਾਂ ਵਿੱਚ ਛੋਟ-ਮੋਟੀਆਂ ਕਾਰਵਾਈਆਂ ਹੋਣ ਤੋਂ ਇਨਕਾਰ ਨਹੀਂ ਹੈ ਤੇ ਬਾਕੀ ਪੰਜਾਬ ਦਾ ਮੌਸਮ ਫਿਲਹਾਲ ਠੀਕ ਠਾਕ ਹੈ ਜਿਹੜਾ ਸਿਸਟਮ ਬਣਿਆ ਸੀ ਹੁਣ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਹੈ ਤੇ ਲਗਭਗ ਇਹ ਦਾ ਅਸਰ ਹੁਣ ਘਟਦਾ ਹੀ ਜਾਵੇਗਾ ਜਿਉਂ-ਜਿਉਂ ਰਾਤ ਤੋਂ ਸਮਾਂ ਅੱਗੇ ਕੱਲ ਸਵੇਰ ਵੱਲ ਵਧੇਗਾ ਇਹ ਕਮਜ਼ੋਰ ਹੁੰਦਾ ਜਾਵੇਗਾ ਤੇ ਲਗਭਗ ਕੱਲ ਦਿਨ ਦੇ ਵੇਲੇ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਤੇ ਜਿਹੜਾ ਪੰਜਾਬ ਦੇ ਵਿੱਚ ਹਵਾਵਾਂ ਦਾ ਰੁਖ ਹੈ ਇਸ ਵੇਲੇ ਲਗਭਗ ਇਸ ਤਰ੍ਹਾਂ ਪੂਰਬੀ ਹਵਾਵਾਂ ਪਹੁੰਚ ਰਹੀਆਂ ਅਸੀਂ ਤਾਂ ਉਹ ਫੇਰ ਕੀ ਸਿਸਟਮ ਦੇ ਖਤਮ ਹੋਣ ਦੇ ਨਾਲ ਹੀ ਹਵਾਵਾਂ ਵੀ ਰੁਕਣਗੀਆਂ ਤੇ ਇਸ ਤਰ੍ਹਾਂ ਦੱਖਣ ਤੋਂ ਤੇ ਥੋੜਾ ਬਹੁਤ ਪੱਛਮੀ ਹਵਾਵਾਂ ਦੀ ਵਾਪਸੀ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਕੱਲ ਸਵੇਰ ਤੋਂ ਬਾਕੀ ਰਾਤ ਸਮੇਂ ਮੌਸਮ ਠੀਕ ਠਾਕ ਰਹੇਗਾ ਰਾਤ ਦਾ ਡਾ ਟੈਂਪਰੇਚਰ ਆ ਲਗਭਗ 25 ਹਵਾਵਾਂ ਮੌ ਹਲਕੀਆਂ ਦਰਮਿਆਨੀਆਂ ਵਗਣਗੀਆਂ ਥੋੜਾ ਜਿਹਾ ਪੂਰਬੀ ਅਤੇ ਦੱਖਣੀ ਖੇਤਰਾਂ ਵਿੱਚ ਹਵਾਵਾਂ ਥੋੜੀਆਂ ਜਿਹਾ ਹਲਕੇ ਤੋਂ ਤੇਜ਼ ਰਹਿ ਸਕਦੀਆਂ ਨੇ 15-18 ਕਿਲੋਮੀਟਰ ਦੇ ਆਸ-ਪਾਸ ਤੱਕ ਕੁਝ ਖੇਤਰਾਂ ਵਿੱਚ